सबसक्राइब करो निडर आवाज टीवी नू ते ताजा वीडियोस पाउन ले बैल दा बटन दबाओ। खेतां विच पानी लाउण नू लैके भरा ने ही भरा दा कीता कतल। पुलिस ने मामला दर्ज कर आरोपी दी भाल कीती शुरू। जिला तरन तारण अधीन आउंदे पिंड जौड़े विखे एक भरा वल्लों खेतों में पानी लाउण नू लैके दूजे भरा दा तेज धार हथियारां नाल कतल कर देण दा मामला सामने आया है। घटना तो बाद इलाके विच सनसनी फैल गई। उधर घटना नू अंजाम देण वाला मौके तो फरार दस्या जा रहा है। मौके ते पुजी पुलिस ने लाश नू कब्जे विच लैके पोस्टमार्टम लई सिविल हस्पताल तरन तारण विखे भेज दिता है अते आरोपी दी भाल शुरू कर दिती है। इस संबंधी जानकारी दिंदिया मृतक रतन सिंह दी पत्नी ने दस्या कि मेरा पति दा कतल उसके भरा गुरबचन सिंह ने साथियों नाल मिलके कीता है। उसने दस्या कि खेत विच इन्हां दोवां भरावां दा पानी लाउण नू लैके झगड़ा हो गया सी तां गुरबचन सिंह ने तेज धार हथियारां नाल अपने ही भरा रतन सिंह दा कतल कर दिता। मृतक दी पत्नी ने प्रशासन पासों सख्त कार्रवाई दी मंग कीती है। उत्थे ही इस संबंधी जानकारी दिंदिया जांच अधिकारी चरण सिंह ने दस्या कि मृतक दे परिवारक मैंबरां दे बयानां दे आधार ते मामला दर्ज कर आरोपी दी भाल शुरू कर दिती है। ਬਲਵਿੰਦਰ ਕੌਰ ਕੀ ਗੱਲਬਾਤ ਹੋਈ ਹੈ? ਗੱਲਬਾਤ ਜਾਂ ਕਲਸ਼ਾਂ ਦੇ ਹੈਗੀ ਸੀ, ਲੜਾਈ ਹੋ ਗਈ ਇੱਥੇ ਖੇਤਾਂ ਵਿੱਚ। ਕਲਸ਼ਨ ਮੰਗਦੇ ਹਾਂ ਅਸੀਂ ਆਪਦਾ। ਕਿੰਨਾ ਨਾਲ ਲੜਾਈ ਹੋਈ ਆ? ਗੁਰਬਚਨ ਸਿੰਘ ਭਰਾ ਜਹੇਦਾਰ ਦਾ, ਜਵੜਾ ਰਤਨ ਸਿੰਘ ਦਾ। ਅਤੇ ਹੁਣ ਕੀ ਹੋਇਆ ਲੜਾਈ ਹੋਣ ਤੋਂ ਬਾਅਦ? ਲੜਾਈ ਹੋਣ ਤੋਂ ਬਾਅਦ ਜੀ ਸੱਟ ਜ਼ਿਆਦਾ ਲਾਤੀ, ਉਹਦੀ ਡੈਥ ਹੋ ਗਈ ਆ। ਇਹ ਪ੍ਰਸ਼ਾਸਨ ਮੰਗ ਕਰ ਰਹੇ ਹਾਂ ਸਾਡੀ ਕਾਰਵਾਈ ਸੁਣਾਉਣੀ ਚਾਹੀਦੀ। ਗੁਰਬਚਨ ਸਿੰਘ ਜੀ ਰਤਨ ਸਿੰਘ ਦੇ ਭਰਾ ਸੀ? ਹਾਂਜੀ, ਅਤੇ ਜਵਾਈ ਵੀ ਨਾਲ ਸੀ ਉਹਦੇ। ਕਿੰਨੇ ਜਾਣੇ ਸੀ ਉਹ? ਉਹਦੇ ਨਾਲ ਤਾਂ ਹੈਗੇ 20-25 ਜਾਣੇ। ਜਿਨ੍ਹਾਂ ਨੇ ਸੱਟਾਂ ਲਾਈਆਂ ਉਹ ਕਿੰਨੇ ਕੁ ਜਾਣੇ ਸੀ? ਉਹ 4-5 ਜਾਣੇ ਹੈਗੇ, ਜਵਾਈ ਸੀ ਦੋ। ਪੰਜ ਇਹ ਪਤਾ ਉਹਨਾਂ ਦਾ ਨਾਂ ਪਤਾ ਕੀ ਆ? ਹਾਂਜੀ, ਮੁੰਡਿਆਂ ਦਾ ਨਾਂ ਉਹਨਾਂ ਦੇ ਪਿਓ ਦਾ ਨਾਂ ਗੁਰਭਚਨ ਸਿੰਘ, ਉਹਦੇ ਮੁੰਡੇ ਵੱਡੇ ਦਾ ਨਾਂ ਭੇਜਾ, ਨਿੱਕੇ ਦਾ ਨਾਂ ਕਿਸ਼ਤਰ ਆ, ਅਤੇ ਇੱਕ ਦਾ ਨਾਂ ਜਵਾਈ ਦਾ ਨਾਂ ਪੰਜਾਬ ਆ, ਦੂਜੇ ਦਾ ਨਾਂ ਸੱਤਾ ਹੈ ਜਲਪੁਰੇ ਦਾ। ਕੀ ਮੰਗ ਕਰਦੇ ਤੁਸੀਂ? ਹਾਂਜੀ, ਸਾਡਾ ਸਾਥ ਦੇਣਾ ਚਾਹੀਦਾ। ਭਾਜੀ ਕੀ ਨਾਂ ਅਤੇ ਕੌਣ, ਕੀ ਗੱਲਬਾਤ ਹੋਈ ਜੀ? ਗੱਲਬਾਤ ਕਨੈਕਸ਼ਨ ਦਾ, ਦੋਵਾਂ ਭਰਾਵਾਂ ਦਾ ਝਗੜਾ ਹੈ, ਪਰ ਇਹ ਪਚਾਈਤਾਂ ਭਾਉਂਦੇ ਰਹੀਆਂ, ਪਰ ਨਹੀਂ ਵੀ ਉਹ ਆਪਦਾ ਹਿੱਸਾ ਮੰਗਦਾ ਹੈ ਕਿ ਕਨੈਕਸ਼ਨ ਦਾ ਮੈਨੂੰ ਹਿੱਸਾ ਮਿਲੀ। ਪਾਣੀ ਲਾਉਣ ਗਏ ਆ, ਪਾਣੀ ਲਾਉਣ ਗਿਆ ਨੂੰ ਉੱਥੇ ਇਹਨਾਂ ਨੇ ਰਲ ਕੇ ਪੰਜਾਂ ਜਣਿਆਂ ਨੇ ਇਹਨਾਂ ਕਤਲ ਕਰਤਾ, ਸਿਰ ਦੇ ਵਿੱਚ ਕੌੜੀ ਮਾਰੀ ਆ। ਕੀ ਮੰਗ ਕਰਦੇ ਹੋ? ਅਸੀਂ ਇਨਸਾਫ ਚਾਹੁੰਦੇ ਹਾਂ ਵੀ ਜੋ ਵੀ ਬਣਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ, ਸਾਨੂੰ ਸਾਡਾ ਹੱਕ ਦਵਾਇਆ ਜਾਵੇ, ਗਾਂ ਬੱਚਿਆਂ ਨੂੰ ਇਹਨਾਂ ਦਾ ਹੱਕ ਜੋ ਬਣਦਾ ਉਹਨਾਂ ਨੂੰ ਦਵਾਇਆ ਜਾਵੇ। ਸਰ ਕੀ ਗੱਲਬਾਤ ਹੋਈ ਅੱਜ ਜੋੜੇ ਪਿੰਡ, ਕਿਉਂਕਿ ਮਰਡਰ ਹੋਇਆ ਵੀ ਕੀ ਮਸਲਾ ਹੈ ਸਰ, ਕੀ ਕਾਰਵਾਈ ਕੀਤੀ ਗਈ? ਇਹ ਜੀ ਕੱਲ੍ਹ 1 ਵਜੇ ਦੋ ਭਰਾ ਨੇ, ਸਰਦਾਰ ਰਤਨ ਸਿੰਘ ਅਤੇ ਗੁਰਬਚਨ ਸਿੰਘ, ਪੁੱਤਰ ਹੈਗੇ ਆ ਦਲੀਪ ਸਿੰਘ, ਦੋ ਭਰਾ ਸਕੇ ਇਹਨਾਂ ਦਾ ਕੋਈ ਜ਼ਮੀਨ ਦਾ, 2-2 ਕਿੱਲੇ ਜ਼ਮੀਨ ਇਹਨਾਂ ਦੀ, ਅਤੇ ਜਿਹੜਾ ਰਤਨ ਸਿੰਘ ਆ ਉਹਨੂੰ ਜ਼ਮੀਨ ਬੰਬੀ ਤੋਂ ਸਾਈਡ 'ਤੇ ਦਿੱਤੀ ਆ, ਅਤੇ ਬੰਬੀ ਦਾ ਪਾਣੀ ਵੀ ਜਿਹੜਾ ਗੁਰਬਚਨ ਸਿੰਘ ਨਹੀਂ ਸੀ ਦਿੰਦਾ, ਇਸ ਕਰਕੇ ਇਹਨਾਂ ਦਾ ਕੱਲ੍ਹ ਝਗੜਾ ਹੋਇਆ ਜ਼ਮੀਨ ਦੇ ਵਿੱਚ। ਅਤੇ ਜਿਹੜਾ ਗੁਰਬਚਨ ਸਿੰਘ ਪਾਰਟੀ ਵੱਲੋਂ ਰਤਨ ਸਿੰਘ ਦੇ ਸਿਰ ਦੇ ਵਿੱਚ ਸੱਟ ਮਾਰੀ ਗਈ ਆ, ਜਿਹਨਾਂ ਦੀ ਡੈਥ ਹੋ ਗਈ ਆ, ਅਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 269 ਮਿਤੀ 10/11/1920 ਜੁਰਮ 302 ਦੇ ਤਹਿਤ ਦਰਜ ਹੋਇਆ ਜੀ, ਅਤੇ ਲਾਸ਼ ਦਾ ਪੋਸਟਮਾਰਟਮ ਹੋ ਰਿਹਾ, ਦੋਸ਼ੀਆਂ ਦੀ ਜਿਹੜੀ ਆ ਗ੍ਰਿਫਤਾਰੀ ਗੇਟ ਕੀਤਾ ਗਿਆ। ਸਰ ਕਿੰਨੇ ਦੋਸ਼ੀਆਂ ਖਿਲਾਫ ਜਿਹੜੀ ਆ ਪਰਚਾ ਦਰਜ? ਇਹ ਪੰਜ ਜਿਹੜੇ ਆ ਬਾਈ ਨੇਮ ਨੇ ਜੀ, ਅਤੇ 4-5 ਅਣਪਛਾਤੇ। ਠੀਕ ਹੈ, ਥੈਂਕ ਯੂ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।